ਜਿਹਨੇ ਚੋਏ ਵਾਟਰਫਾਲ ਜਾਣਾ ਉਹਨੂੰ ਇੱਧਰ ਐਂਟਰ ਹੋਣ ਦੀ ਲੋੜ ਨਹੀਂ ਹੈ। ਇੱਧਰ ਉਹ ਐਂਟਰ ਹੋਵੇ ਜਿਹੜਾ ਨੈਸ਼ਨਲ ਪਾਰਕ ਘੁੰਮਣਾ ਚਾਹੁੰਦਾ। ਹੁਣ ਸਾਡਾ ਜਿਹੜਾ ਸਮਾਂ ਨੈਸ਼ਨਲ ਪਾਰਕ ਘੁੰਮਣ ਵਾਲਾ ਸੀ ਉਹ ਸਭ ਵਿਅਰਥ ਗਿਆ। ਅਸੀਂ ਜਿਹੜਾ ਥਾਂ ਜਾਣਾ ਸੀ ਉਹ ਜਾ ਹੀ ਨਹੀਂ ਸਕੇ ਅਤੇ ਸਮਾਂ ਇਜਾਜ਼ਤ ਨਹੀਂ ਦਿੰਦਾ। ਹੁਣ ਅਸੀਂ ਇੱਥੋਂ ਉੱਧਰ ਨੂੰ ਤੁਰਦੇ ਹਾਂ ਜੀਬੀ ਵੱਲ ਨੂੰ ਅਤੇ ਦੇਖਦੇ ਹਾਂ ਕੀ ਮਾਹੌਲ ਆ। ਜੇ ਅੱਗੇ ਵਾਹਿਗੁਰੂ ਨੇ ਕਿਰਪਾ ਰੱਖੀ ਤਾਂ ਖੱਜਲ ਖੁਆਰੀਆਂ ਤੋਂ ਬਚਦੇ ਰਹਾਂਗੇ। ਬਾਕੀ ਜੋ ਸਫ਼ਰਾਂ ਦੇ ਵਿੱਚ ਨਿਕਲ ਜਾਈਦਾ ਉਦੋਂ ਇਹ ਚੀਜ਼ਾਂ ਤੁਹਾਡੇ ਸਫ਼ਰ ਦਾ ਹਿੱਸਾ ਬਣਦੀਆਂ ਇਹ ਹੁੰਦੀਆਂ ਹੀ ਹੈ। ਥੈਂਕ ਯੂ। ਇਹ ਜਿਹੜੀ ਜਗ੍ਹਾ ਹੈਗੀ ਆ ਇਹ ਹੈਗੀ ਆ ਬੰਜਾਰ। ਇਹ ਤੀਰਥਨ ਵੈਲੀ ਹੈ ਜਿਹੜੀ ਉਹਦੇ ਵਿੱਚ ਇੱਕ ਜਗ੍ਹਾ ਦਾ ਨਾਮ ਬੰਜਾਰ। ਕੁੱਲੂ ਦਾ ਹੀ ਇਹ ਇੱਕ ਤਹਿਸੀਲ ਹੈ ਕਹਿ ਲਓ, ਕੁੱਲੂ ਜ਼ਿਲ੍ਹਾ ਇਹ ਤਹਿਸੀਲ ਹੈ ਜਾਂ ਇਹ ਸਭ ਤਹਿਸੀਲ ਆ ਸੱਚ ਮੈਨੂੰ ਲੱਗਦਾ। ਇਹ ਹਜੇ ਕਨਫਰਮ ਤਾਂ ਨਹੀਂ ਮੈਨੂੰ, ਪਰ ਇਹ ਕੁੱਲੂ ਜ਼ਿਲ੍ਹੇ ਦੇ ਵਿੱਚ ਹੀ ਫਿਰਦੇ ਹਾਂ ਅਸੀਂ। ਅਤੇ ਆ ਰਸਤਾ ਥੋੜ੍ਹਾ ਜਿਹਾ ਭੀੜਾ ਬਾਜ਼ਾਰ ਵਿੱਚ ਵੀ, ਪਰ ਅਸੀਂ ਹੌਲੀ ਹੌਲੀ ਵੱਧ ਰਹੇ ਹਾਂ। ਇਹ ਬੰਜਾਰ ਹੈ, ਜਿਹਨੇ ਤੀਰਥਨ ਵੈਲੀ ਨਹੀਂ ਰਹਿਣਾ ਤਾਂ ਉਹ ਬੰਜਾਰ ਇੱਥੇ ਰਹਿ ਸਕਦਾ। ਇੱਥੇ ਹੋਮ ਸਟੇਅ ਵੀ ਹੈਗੇ, ਹੋਟਲ ਵੀ ਹੈਗੇ, ਸਹੀ ਹੈ ਇੱਥੇ, ਮਤਲਬ ਠੀਕ ਹੈ। ਮਾਰਕੀਟ ਵੀ ਅੱਛੀ ਹੈ, ਡਾਕਟਰੀ ਸਹੂਲਤਾਂ ਵੀ ਹੈਗੀਆਂ, ਮੈਡੀਕਲ ਸ਼ੋਪਸ ਹੈਗੀਆਂ, ਈਵਨ ਕਿ ਮੇਰੇ ਖਾਣ ਪੀਣ ਵਾਲੇ ਭਰਾਵਾਂ ਵਾਸਤੇ ਵਾਈਨ ਸ਼ੋਪਸ ਵੀ ਹੈਗੀਆਂ, ਸਾਰਾ ਕੁਛ ਹੈਗਾ। ਇਹ ਬੰਜਾਰ ਹੈ, ਇਹ ਬੰਜਾਰ ਜਿਹੜੀ ਹੁਣ ਅਸੀਂ ਸੜਕ ਜਾ ਰਹੇ ਹਾਂ ਇਹ ਬੰਜਾਰ ਟੱਪ ਗਏ ਹਾਂ। ਇਹ ਅੱਗੇ ਅਸੀਂ ਜਿਹੜੇ ਥਾਂ 'ਤੇ ਜਾ ਰਹੇ ਹਾਂ ਉੱਥੋਂ ਦੀ ਲੋਕੇਸ਼ਨ ਲਾਈ ਹੋਈ ਹੈ ਅਤੇ ਉੱਥੇ ਜਾ ਕੇ ਤੁਹਾਡੇ ਨਾਲ ਗੱਲਾਂ ਕਰਾਂਗੇ। ਬਾਅਦ ਦੇ ਵਿੱਚ ਇਹੀ ਸੜਕ ਅਸੀਂ ਜਿਹੜੀ ਜਾ ਰਹੇ ਹਾਂ ਇਹ ਸਾਨੂੰ ਸ਼ਿਮਲੇ ਤੱਕ ਲੈ ਜੂਗੀ, ਪਰ ਵਿੱਚੋਂ ਅਸੀਂ ਸ਼ਿਮਲੇ ਨਹੀਂ ਜਾਣਾ, ਉੱਥੋਂ ਅਸੀਂ ਚਹਿਲ ਮੁੜਾਂਗੇ। ਕਿਉਂਕਿ ਚਹਿਲ ਸਾਡਾ ਬਹੁਤ ਚਿਰ ਦਾ ਉੱਥੋਂ ਦੀ ਕ੍ਰੋਸ ਹੋਈ ਸੀ, ਚਹਿਲ ਅਸੀਂ ਉਦੋਂ ਘੁੰਮੇ ਨਹੀਂ ਸੀਗੇ। ਹੁਣ ਅੱਜ ਸੋਚਿਆ ਵੀ ਚਹਿਲ ਰਾਤ ਦੀ ਮੇ ਵੀ ਚਹਿਲ ਜਾ ਕੇ ਸਟੇਅ ਕਰੀਏ, ਹਜੇ ਕੁਛ ਨਹੀਂ ਪਤਾ। ਸਾਹਮਣੇ ਜਿਹੜੇ ਪਹਾੜ ਦਿਖ ਰਹੇ ਆ ਜੀ, ਅਸੀਂ ਉਹਨਾਂ ਤੋਂ ਤਾਂ ਨੀਵੇਂ ਹਾਂ, ਪਰ ਇੱਥੋਂ ਅੰਦਾਜ਼ਾ ਇਹ ਲਗਾਇਆ ਜਾ ਸਕਦਾ ਪਰ ਕਾਫ਼ੀ ਉੱਚੇ ਹੈ, ਕਿਉਂਕਿ ਇੱਦੂ ਉੱਚੇ ਜਿਹੜੇ ਪਹਾੜਾਂ 'ਤੇ ਬਰਫ਼ ਪੈਣੀ ਸੁਭਾਵਿਕ ਗੱਲ ਹੈ, ਪੈਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ ਜੀ, ਅਮੀ ਰੁਕਣਾ ਕਹੀਂ ਨਹੀਂ ਹੈ, ਹਮ ਤੋ ਨਾ ਜਾਏਂਗੇ ਜਿਬੀ, ਜਿਬੀ ਸੇ ਨਾਰਕੰਡਾ ਰੁਕੇ। ਲਓ ਜੀ ਮਿੱਤਰੋ, ਮੇਰਾ ਵੱਡਾ ਭਰਾ ਲਾਉਣ ਬਣਾਉਣ ਲੱਗਿਆ ਮੈਗੀ ਮੈਗੀ ਅਤੇ ਹੁਣ ਅਸੀਂ ਨਜ਼ਾਰੇ ਲਵਾਂਗੇ ਮੈਗੀ ਦੇ। ਚੁੱਲ੍ਹਾ ਤਿਆਰ ਹੋ ਗਿਆ, ਮੈਂ ਇਹਨੂੰ ਹੁਣ ਬਚਾਉਣਾ ਚੁੱਲ੍ਹੇ ਨੂੰ ਹਵਾ ਲੱਗਣ ਤੋਂ, ਜਿਹਨੂੰ ਹਵਾ ਘੱਟ ਲੱਗੇ। ਹਵਾ ਜ਼ਿਆਦਾ ਨਹੀਂ ਹੈਗੀ, ਬਸ ਥੋੜ੍ਹਾ ਜਿਹਾ ਖਾਣਾ ਜਿਹਦੇ 'ਚ ਆਪਾਂ ਮੈਗੀ ਚੁੱਲ੍ਹਾ ਰੱਖਿਆ ਸੀ ਛੋਟਾ, ਉਹਦੇ ਵਿੱਚ ਟਿਕਦਾ ਨਹੀਂ ਜਦੋਂ ਸਿਲੰਡਰ ਫਿੱਟ ਕਰਦੇ ਹਾਂ। ਬਿਊਟੇਨ ਗੈਸ ਵਾਲਾ ਸਿਲੰਡਰ, ਬਹੁਤਿਆਂ ਨੂੰ ਪਤਾ ਹੀ ਹੈ ਇਹ ਛੋਟਾ ਜਿਹਾ ਸਿਲੰਡਰ ਹੁੰਦਾ ਗੈਸ ਵਾਲਾ, ਆ ਨਿੱਕਾ ਜਿਹਾ ਚੁੱਲ੍ਹਾ ਫਲਿੱਪਕਾਰਟ ਐਮਾਜ਼ੋਨ ਤੋਂ ਮਿਲ ਜਾਂਦਾ, ਅਤੇ ਸਸਤਾ ਹੀ ਕੰਮ ਹੈ, ਕੋਈ ਜ਼ਿਆਦਾ ਮਹਿੰਗਾ ਕੰਮ ਨਹੀਂ ਇਹ। ਅਤੇ ਥੋੜ੍ਹਾ ਜਿਹਾ ਮੈਦਾਨ ਅਸੀਂ ਬਣਾ ਲਈਏ,
ਗੰਢੇ ਪਸੰਦ ਕਰਦਾ? ਸਭ ਕੁਛ ਚੱਲੀ ਗਿਆ ਵੀਰੇ, ਜੋ ਤੁਸੀਂ ਪਿਆਰ ਨਾਲ ਬਣਾਉਂਦੇ। ਮੈਗੀ ਵੈਸੇ ਬਾਹਲੀ ਨਹੀਂ ਖਾਣੀ ਚਾਹੀਦੀ, ਕਿਉਂਕਿ ਮੈਦੇ ਤੋਂ ਬਣੀ ਹੁੰਦੀ ਹੈ, ਪਰ ਜਦੋਂ ਨੇੜੇ ਤੇੜੇ ਕੋਈ ਖਾਣ ਵਾਲੀ ਚੀਜ਼ ਨਹੀਂ ਹੈ ਤਾਂ ਸੌਖੀ ਬਣ ਜਾਂਦੀ ਹੈ। ਇਸ ਕਰਕੇ ਹੁਣ ਆਪਣੇ ਕੋਲ ਭੁੱਖ ਲੱਗੀ ਹੋਣ ਕਰਕੇ ਇਹੀ ਇੱਕ ਵਧੀਆ ਤਰੀਕਾ। ਜੇ ਤਾਂ ਗੰਢਾ ਖਾਣਾ ਬਈ ਕੱਟ ਲੈਂਦੇ ਛੋਟਾ ਜਿਹਾ, ਅਤੇ ਹਰੀ ਮਿਰਚ ਆਪਾਂ ਵੈਸੇ ਹੀ ਪਾਵਾਂਗੇ, ਲਾਲ ਮਿਰਚ ਆਪਾਂ ਚੱਕੀ ਨਹੀਂ ਸੀ। ਹਰੀ ਮਿਰਚ ਥੋੜ੍ਹੀ ਤਿੱਖਾ ਬਣ ਜਾਊਗੀ ਆਪਾਂ ਨੂੰ। ਹਿਚਕੀ ਤਾਂ ਨਹੀਂ ਲੱਗਦੀ ਤੈਨੂੰ ਹਰੀ ਮਿਰਚ ਨਾ? ਆਹ ਜਿਹੜਾ ਬੋਕਸ ਆ ਨਾ ਬਾਈ ਜੀ, ਥੋੜ੍ਹੀ ਮੋਟੀ ਆਪਾਂ ਨੂੰ ਕਲਾਕਾਰੀ ਆਉਂਦੀ ਹੈ। ਘਰ ਆਪਣੇ ਫਾਲਤੂ ਪਲਾਈ ਬੋਰਡ ਪਏ ਸੀਗੇ, ਅਤੇ ਕਾਰ ਆਪਣੀ 7-ਸੀਟਰ ਸੀਟਾਂ ਇਹਦੀਆਂ ਫੋਲਡ ਹੋ ਜਾਂਦੀਆਂ। ਜੇ ਅਸੀਂ 4 ਜਣੇ ਵੀ ਆਉਂਦੇ ਤਾਂ ਵੀ ਇਹ ਬੋਕਸ ਟਿਕਦਾ ਸੀ, ਕਿਉਂਕਿ ਇਹ ਇੰਨੇ ਕੁ ਥਾਂ ਹੀ ਘੇਰਦਾ ਕਿ ਤੁਹਾਨੂੰ ਸਾਰੀਆਂ ਸੀਟਾਂ ਫੋਲਡ ਨਹੀਂ ਕਰਨੀਆਂ ਪੈਂਦੀਆਂ। ਜੇ ਤੁਹਾਨੂੰ ਆਈਡੀਆ ਪਸੰਦ ਆਵੇ, ਵੀਡੀਓ ਪਸੰਦ ਆਵੇ ਤਾਂ ਸਾਡੇ ਚੈਨਲ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ। ਮੈਂ ਮੁਕਤਸਰ ਤੋਂ, ਕੰਮ ਮੇਰਾ ਵਕਾਲਤ ਦਾ, ਮੈਂ ਵਕੀਲ ਹੈ। ਜਿਹੜਾ ਮੇਰੇ ਨਾਲ ਸੰਗੀ ਆਇਆ ਹੈ ਬੈਂਕ ਤੋਂ ਹੈ, ਅਤੇ ਛੁੱਟੀਆਂ ਦੇ ਵਿੱਚ ਫਿਰ ਅਸੀਂ, ਨਾ ਮੇਰਾ ਕੋਈ ਸੰਗੀ ਸਾਥੀ ਹੋਵੇ ਤਾਂ ਮੈਂ ਇਕੱਲਾ, ਨਹੀਂ ਤਾਂ ਫਿਰ ਇੱਕ ਅੱਧਾ ਸੰਗੀ ਸਾਥੀ ਜ਼ਰੂਰ ਨਾਲ ਲੈ ਕੇ ਆਉਣਾ ਹੁੰਦਾ। ਘੁੰਮਣ ਫਿਰਨ ਦੇ ਆਪਾਂ ਪੁਰਾਣੇ ਸ਼ੌਕੀਨ ਹਾਂ, ਪਰ ਇੱਕ ਸੋਚਿਆ ਯਾਰ ਵੀ ਇਹਦੇ ਨਾਲ ਆਪਾਂ ਬਹੁਤ ਸਾਰੇ ਲੋਕਾਂ ਨਾਲ ਜੁੜ ਸਕਦੇ ਹਾਂ, ਜਿਹੜੀਆਂ ਆਪਾਂ ਵੀਡੀਓ ਬਣਾਉਣੇ ਹਾਂ, ਅਤੇ ਲੋਕਾਂ ਨੂੰ ਇੱਕ ਗਾਈਡ ਵੀ ਕਰ ਸਕਦੇ ਹਾਂ ਜਦੋਂ ਆਪਾਂ ਕੋਈ ਟਰੈਵਲਿੰਗ ਕਰਦੇ ਹਾਂ।